ਸਾਡਾ ਵਾਹ ਕਿਹਨਾਂ ਨਾਲ ਪਿਆ ਇਹ ਵੇਖੋ ਮਾੜਾ ਜਿਹਾ। ਇੱਥੇ ਅਰਬਾਂ ਰੁਪਈਆਂ ਦਾ ਕਾਰੋਬਾਰ ਹੈ, ਸਾਡੇ ਨੌਜਵਾਨਾਂ ਦੀ ਨਸਲਕੁਸ਼ੀ ਕਰ ਲਈ, ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ। ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ 'ਚ ਜਾਂਦੇ ਨੇ। ਇਹ ਚਾਹੁੰਦੇ ਨੇ ਵੀ ਸਿੱਖਾਂ ਦੀ ਨਸਲ ਵੀ ਖਤਮ ਹੋਵੇ ਤੇ ਉਸ ਚੋਂ ਸਾਨੂੰ ਕਮਾਈ ਵੀ ਹੋਵੇ। ਸਤਿ ਸ੍ਰੀ ਅਕਾਲ ਦੋਸਤੋ, ਭਾਈ ਅੰਮ੍ਰਿਤਪਾਲ ਸਿੰਘ ਬਾਰਸ ਪੰਜਾਬ ਦੇ ਮੁਖੀ, ਜੋ ਕਿ ਇਸ ਸਮੇਂ NSA ਦੇ ਤਹਿਤ ਆਪਣੇ 9 ਹੋਰਨਾਂ ਸਾਥੀਆਂ ਦੇ ਨਾਲ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਨੇ, ਉਹ ਬਾਹਰ ਆ ਰਹੇ ਨੇ। ਜੀ ਹਾਂ ਦੋਸਤੋ, ਆਖਿਰ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਰਹੇ ਨੇ, ਕੀ ਹੈ ਪੂਰੀ ਖਬਰ ਤੁਹਾਨੂੰ ਦੱਸਦੇ ਹਾਂ। ਉਸ ਤੋਂ ਪਹਿਲਾਂ ਦੇਖੋ ਇਹ ਕੁਝ ਖਾਸ ਕਲਿੱਪਸ। ਅੱਜ ਦੁਨੀਆ ਦੇ ਲੋਕ ਇਹ ਗੱਲ ਸਪੀਕਰਾਂ ਤੇ ਕਰਦੇ ਨੇ, ਇਹ ਤਾਂ ਕਹਿੰਦੇ ਸਨ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ, ਅੱਜ ਸੰਵਿਧਾਨ ਦੀ ਸੌ ਖਾਣੀ ਪਵੇਗੀ, ਜਿੱਤਣ ਜਿੱਤੇਗਾ ਸੰਵਿਧਾਨ ਉਹਨੂੰ ਲੱਤ ਦੇ ਥੱਲਿਓਂ ਦੀ ਕੱਢ ਕੇ ਖੜੇਗਾ, ਮੁੜ ਕੇ ਸੰਵਿਧਾਨ ਨੂੰ ਕਿਵੇਂ ਮੰਨਣਗੇ। ਇਹ ਉਹ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਗੁਰੂ ਕੇ ਸਿੱਖੋ 3-3 ਦਹਾਕੇ ਰਾਜ ਸਤਾ ਭੋਗੀ ਹੈ। ਕਿਹੜੇ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਹੋ? 84 ਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰਾਂ ਤੇ ਤੁਸੀਂ ਟੈਂਕ ਚੜਾ ਕੇ ਰੱਖ ਦਿੱਤੇ, ਉਦਣ ਕਿੱਥੇ ਗਏ ਸੋ ਤੁਸੀਂ ਸੰਵਿਧਾਨ ਵਾਲੇ? ਮਣੀਪੁਰ ਦੀ ਧਰਤੀ ਤੇ ਔਰਤਾਂ ਨੂੰ ਨਗਨ ਕਰਕੇ ਉਹਨਾਂ ਦੇ ਨਾਲ 12-12 ਬੰਦੇ ਬਲਾਤਕਾਰ ਕਰਦੇ ਨੇ, ਦੋਸ਼ੀ ਭਾਰਤ ਦੀਆਂ ਅਸ਼ਕਾਂ ਤੇ ਤੁਰੇ ਫਿਰਦੇ ਨੇ, ਕਿਹੜੇ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਹੋ? ਬਰਗਾੜੀ ਦੀ ਧਰਤੀ, ਬਾਈਬਲ ਘਰਾਂ ਦੀ ਧਰਤੀ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਤਰਿਆਂ ਨੂੰ ਖਿਲਾਰਿਆ ਗਿਆ, ਪੋਤਵੀਆਂ ਪੱਗਾਂ ਬੰਨ ਕਰਕੇ DGP ਤੱਕ ਦੁਨੀਆ ਦੇ ਲੋਕ ਸਿੱਖ ਅਖਵਾਉਣ ਵਾਲੇ ਕਿੱਥੇ ਚਲੇ ਗਏ? 3 ਮਹੀਨੇ ਤੁਹਾਡਾ ਰਹਿਬਰ ਇਹਨਾਂ ਦੁਸ਼ਟਾਂ ਨੇ ਚੁੱਕਿਆ, ਪੋਸਟਰ ਲਾ ਦਿੱਤੇ ਸਿੱਖੋ ਤੁਹਾਡਾ ਗੁਰੂ ਲੈ ਚੱਲੇ ਆ, ਜੇ ਤੁਹਾਡੇ ਵਿੱਚ ਹਿੰਮਤ ਹੈ ਤੇ ਫੜੋ। ਕਿਹੜੇ ਸੰਵਿਧਾਨ ਵਿੱਚ ਲਿਖਿਆ ਵੀ ਤੁਸੀਂ ਧਰਮ ਦੀ ਨਰਾਦਰੀ ਕਰਦੇ ਹੋ, ਫਿਰ ਅੰਗ ਅੰਗ ਕਰਕੇ ਤੁਸੀਂ ਰੂੜੀਆਂ ਤੇ ਖਿਲਾਰਦੇ ਹੋ? ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਕਿਹੜੇ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਹੋ? ਗੁਰੂ ਕੇ ਸਿੱਖੋ ਅਸੀਂ ਸੰਵਿਧਾਨ ਦੇ ਰਾਖੇ ਕਲਾਂਗੇ, ਫਿਰ ਪਤਾ ਲੱਗੇਗਾ ਸੰਵਿਧਾਨ ਕੀ ਹੈ, ਭਜਦਿਆਂ ਨੂੰ ਰਾਹ ਇੱਕੋ ਜਿਹੇ ਨੇ। ਗੁਰੂ ਕੇ ਸਿੱਖੋ ਖਡੂਰ ਦੀ ਧਰਤੀ ਦੇ ਉੱਤੇ ਰਣ ਮੈਦਾਨ ਪੱਕ ਚੁੱਕਿਆ ਹੈ, ਮੈਂ ਮਰਦਾਂ ਨੂੰ ਵੰਗਾਰ ਕਰਾਂਗਾ, ਮਰਦੋ ਇਹ ਮੌਕਾ ਤੁਹਾਡੇ ਕੋਲ ਹੈ, ਮਜੈਲਾ ਵਾਲੀ ਕਰ ਕਰਕੇ ਵਿਖਾਇਓ, ਦਿੱਲੀ ਸਰਕਾਰ ਨੂੰ ਪਤਾ। ਹੁਣ ਤੁਸੀਂ ਕਹਿੰਦੇ ਅੰਮ੍ਰਿਤਪਾਲ ਹੋਣੀ ਆਪਣੇ ਬੱਚੇ ਬਾਹਰ ਆਉਣ, ਕਿੱਦਾਂ ਆ ਜਾਣਗੇ? ਕਿਉਂਕਿ ਜਿੰਦਰੇ ਦੀ ਚਾਬੀ ਕਿਹਦੇ ਕੋਲ ਭਲਾ ਜੇਲ੍ਹ ਦੀ? ਦਿੱਲੀ ਹੈ ਨਾ, ਤੇ ਦਿੱਲੀ ਤੇ ਕਬਜ਼ਾ ਕਿਹਦਾ ਇਸ ਵੇਲੇ? ਕਿਸੇ ਨੀ ਸੁਣਨੀ, ਲਾਈਵ ਚੱਲਣ ਦਿਆ, ਕਿਉਂਕਿ ਸਾਡੇ ਆਪਣੇ ਨੀ ਸਾਡੇ ਨਾਲ। ਅੱਜ ਸਾਰੇ ਜਾਣੇ ਇਕੱਠੇ ਹੋ ਜਾਈਏ, ਸਵੇਰੇ ਲੈ ਆਵਾਂਗੇ, ਪਰ ਹੋਣਾ ਕਿੰਨੇ? ਆਖੋ ਸਤਨਾਮ। ਇੱਥੇ ਇੱਕ ਕਥਾ ਵਾਚਕ ਦੂਜੇ ਕਥਾ ਵਾਚਕ ਤੋਂ ਦੁਖੀ ਆ, ਇੱਕ ਰਾਗੀ ਦੂਜੇ ਰਾਗੀ ਤੋਂ ਦੁਖੀ ਆ, ਇੱਥੋਂ ਤੱਕ ਇੱਕ ਮਹਾਂਪੁਰਖ ਦੂਜੇ ਮਹਾਂਪੁਰਖ ਤੋਂ ਦੁਖੀ ਆ, ਤੇ ਤੁਸੀਂ ਕਿੱਦਾਂ ਕਹਿ ਦੋਗੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ? ਆਹੋ ਕਿ ਇਸ ਤਰ੍ਹਾਂ ਨਾ ਐਵੇਂ ਦਿਲ ਜਿਹਾ ਸਾੜਿਆ ਕਰੋ, ਹੁਣ ਮਹਾਰਾਜ ਜੀ ਕਿਰਪਾ ਕਰਨਗੇ। ਇਹਦੇ ਨਾਰੇ ਨੂਰਿਆਂ ਨਾਲ ਗੱਲ ਥੋੜਾ ਬਣਨੀ, ਮੈਂ ਮੂੰਹ ਮੇਰਾ ਛੋਟਾ, ਗੱਲਾਂ ਵੱਡੀਆਂ ਕਰ ਜਾਂਦਾ। ਕਦੇ ਸਿੱਖ ਇਤਿਹਾਸ ਪੜ੍ਹ ਕੇ ਵੇਖਿਓ, ਕਦੀ ਕਿਸੇ ਨੇ ਧਰਨਾ ਲਾਇਆ? ਸਿੱਖ ਕੌਮ ਧਰਨੇ ਧੁਰਨੇ ਨਹੀਂ ਲਾਉਂਦੀ, ਆਰ ਪਾਰ ਦੀ ਗੱਲ ਕਰਦੀ, ਆਰ ਪਾਰ ਦੀ। ਭਾਈ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਦੇ ਵਿੱਚੋਂ ਰਿਹਾਈ ਦੀ ਮੰਗ ਵੱਡੇ ਲੰਮੇ ਸਮੇਂ ਤੋਂ ਉੱਠ ਰਹੀ ਹੈ, ਜਿਸ ਦੇ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਮੋਰਚਾ ਵੀ ਲੱਗਿਆ, ਪਰ ਉੱਥੇ ਹੀ ਲੋਕ ਸਭਾ ਚੋਣਾਂ 2024 ਦੇ ਵਿੱਚ ਸੰਗਤ ਦੀ ਆਵਾਜ਼ ਉੱਠੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਖੜਾ ਕੀਤਾ ਜਾਵੇ, ਤਾਂ ਕਿ ਉਹ ਜੇਲ੍ਹ ਤੋਂ ਬਾਹਰ ਆ ਸਕਣ ਅਤੇ ਨਸ਼ੇ ਦੇ ਵਿੱਚ ਗਰਕਦੀ ਜਾ ਰਹੀ ਜਵਾਨੀ ਨੂੰ ਬਚਾਉਣ, ਅਤੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਰਿਕਾਰਡ ਤੋੜ ਵੋਟਾਂ ਪਈਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ, ਜਿੱਥੇ ਕਿ 4 ਲੱਖ ਤੋਂ ਵਧੇਰੇ ਵੋਟਾਂ ਉਹਨਾਂ ਨੇ ਹਾਸਲ ਕਰਕੇ ਪੰਜਾਬ ਦੇ ਵਿੱਚ
ਸਭ ਤੋਂ ਵੱਡੀ ਲੀਡ ਹਾਸਲ ਕੀਤੀ, ਪਰ ਉੱਥੇ ਹੀ ਲੋਕਾਂ ਦਾ ਇਹ ਵਿਰੋਧ ਉਸ ਸਮੇਂ ਹੋਰ ਜ਼ਿਆਦਾ ਵੱਧ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ 3 ਜੂਨ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਦੇ ਜ਼ਰੀਏ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਬਾਕੀ 9 ਸਾਥੀਆਂ ਦੀ ਜੋ ਉਮਰ NSA ਹੈ ਉਹ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ। ਇਸ NSA ਦੇ ਵਿੱਚ 1 ਸਾਲ ਦਾ ਵਾਧਾ ਕੀਤਾ ਗਿਆ। ਅਤੇ ਦੋਸਤੋ ਦੱਸ ਦਈਏ ਕਿ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਕੁਝ ਵਿਦਵਾਨਾਂ ਦਾ ਇੱਥੋਂ ਤੱਕ ਵੀ ਕਹਿਣਾ ਸੀ ਜੋ ਰਾਜਨੀਤੀ ਦੀ ਸਮਝ ਰੱਖਦੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜੋ ਲੋਕ ਸਭਾ ਸੀਟ ਹੈ ਉਸ ਨੂੰ ਵੀ ਖਤਰਾ ਪੈਦਾ ਹੋ ਸਕਦਾ ਜੇਕਰ ਉਹ ਸਹੁੰ ਚੱਕਣ ਦੇ ਲਈ ਨਹੀਂ ਜਾਂਦੇ, ਉਹਨਾਂ ਨੂੰ ਨਹੀਂ ਭੇਜਿਆ ਜਾਂਦਾ। ਤਾਂ ਦੋਸਤੋ ਇਸੇ ਖਬਰਾਂ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ। 25 ਜੂਨ ਨੂੰ ਲੋਕ ਸਭਾ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਲੋਕ ਸਭਾ ਮੈਂਬਰ ਚੁਣੇ ਗਏ ਨੇ ਉਹ ਸਹੁੰ ਚੱਕਣਗੇ, ਜਿਨ੍ਹਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੀ ਸ਼ਾਮਿਲ ਹੋਣਗੇ। ਜੀ ਹਾਂ ਦੋਸਤੋ, ਆਖਿਰ 25 ਜੂਨ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਰਹੇ ਨੇ ਜਿੱਥੇ ਕਿ ਉਹ ਲੋਕ ਸਭਾ ਦੇ ਵਿੱਚ MP ਦੀ ਸਹੁੰ ਚੱਕਣਗੇ। ਇਹ ਖਬਰ ਦੀ ਪੁਸ਼ਟੀ ਹੋ ਚੁੱਕੀ ਹੈ ਕਿਉਂਕਿ 25 ਜੂਨ ਦਾ ਸਮਾਂ ਪੰਜਾਬ ਦੇ ਚੁਣੇ ਹੋਏ ਲੋਕ ਸਭਾ ਸਾਂਸਦਾਂ ਨੂੰ ਸਹੁੰ ਚੱਕਣ ਦੇ ਲਈ ਔਥ ਲੈਣ ਦੇ ਲਈ ਦਿੱਤਾ ਗਿਆ, ਜਿਸ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੀ ਸ਼ਾਮਿਲ ਹੋਣਗੇ। ਹੁਣ ਉਹਨਾਂ ਨੂੰ ਵੱਡੀ ਸੁਰੱਖਿਆ ਦੇ ਵਿੱਚ ਜਾਂ ਕਿਸ ਤਰ੍ਹਾਂ ਲਿਆ ਜਾਂਦਾ ਇਹ ਦੇਖਣ ਵਾਲਾ ਸਮਾਂ ਹੋਵੇਗਾ। ਪਰ ਕੱਲ੍ਹ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਕੇ ਸਹੁੰ ਚੱਕਣਗੇ MP ਦੇ ਵਜੋਂ। ਅਤੇ ਦੋਸਤੋ ਇਸ ਲਾਈਵ ਦਾ ਤੁਹਾਨੂੰ ਸਿੱਧਾ ਪ੍ਰਸਾਰਣ ਅਨਲਿਮਿਟਡ ਗਿਆਨ 'ਤੇ ਵੀ ਦੇਖਣ ਨੂੰ ਮਿਲੇਗਾ, ਉਹਨਾਂ ਦੇ ਸਹੁੰ ਚੁੱਕ ਸਮਾਗਮ ਦਾ। ਸੋ ਅਨਲਿਮਿਟਡ ਗਿਆਨ ਦੇ ਨਾਲ ਬਣੇ ਰਹਿਣਾ। ਜਿਹੜੇ ਦੋਸਤ ਨਵੇਂ ਨੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਣੀ, ਅਤੇ ਉੱਥੇ ਹੀ ਪੰਜਾਬੀ ਸਿੰਗਰ ਅਤੇ ਲਿਰਿਸਿਸਟ ਸ਼੍ਰੀ ਬਰਾੜ ਨੇ ਵੀ ਕੁਝ ਵੱਡੇ ਅਹਿਮ ਖੁਲਾਸੇ ਕੀਤੇ ਨੇ ਜਿਨ੍ਹਾਂ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੈ, ਜਿਨ੍ਹਾਂ ਨੇ ਇੱਕ ਹੈਰਾਨੀਜਨਕ ਸੱਚ ਦੱਸਿਆ ਜੋ ਕਿ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਵੇਗਾ। ਆਖਿਰ ਕੀ ਕਿਹਾ ਸ਼੍ਰੀ ਬਰਾੜ ਨੇ, ਆਓ ਤੁਸੀਂ ਆਪ ਹੀ ਦੇਖੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਸ਼੍ਰੀ ਬਰਾੜ। ਤੇ ਗੱਲ ਬਹੁਤ ਜ਼ਰੂਰੀ ਕਰਨੀ ਹੈਗੀ, ਜਿੰਨੇ ਵੀਰ ਭਰਾ ਜੁੜੇ ਹੈਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਗੱਲ ਨੂੰ। ਹਰ ਇੱਕ ਪੰਜਾਬ ਦਾ ਦਰਦ ਰੱਖਣ ਵਾਲੇ ਤੇ ਪੰਜਾਬ ਪੰਜਾਬੀਅਤ ਨਾਲ ਜੁੜੇ ਬੰਦੇ ਵੀਰ ਤੱਕ ਜ਼ਰੂਰ ਪਹੁੰਚੇ ਗੱਲ। ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਯਾਰ ਗੱਲ ਕੋਈ ਨਾ ਕੋਈ ਸਭ ਨੂੰ ਬੜੇ ਲੋਕਾਂ ਨੂੰ ਬੜੇ ਸਰਕਲਾਂ ਨੂੰ ਇਹ ਗੱਲ ਦਾ ਪਤਾ, ਯਾਰ ਕੋਈ ਨਾ ਕੋਈ ਬੋਲ ਜੂਗਾ ਹਨਾ। ਤੇ ਬਟ ਕੋਈ ਵੀ ਬੰਦਾ ਸਾਰੇ ਸਿਆਣੇ ਅਗਲਾ ਕਹਿੰਦਾ ਯਾਰ ਕਿਉਂ ਬੋਲ ਕੇ ਆਪ ਤੇ ਸਾਰਾ ਟਾਰਗੇਟ ਲਿਆਈਏ। ਬਟ ਚਲੋ ਕਿਸੇ ਨੇ ਬੋਲਣੀ ਆਪਾਂ ਬੋਲਦੇ ਹਾਂ। ਪੰਜਾਬ ਦਾ ਵੀਰੇ ਅੱਜ ਤੋਂ 2 ਸਾਲ ਪਹਿਲਾਂ ਇੱਕ ਪੰਜਾਬ ਦੇ ਵਿੱਚ ਰੌਲਾ ਰੱਪਾ ਪਿਆ ਜਿਸ ਦੇ ਬਾਰੇ ਤਕਰੀਬਨ ਪਾਵਰਫੁੱਲ ਲੋਕਾਂ ਨੂੰ, ਵੱਡੇ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਅਤੇ ਉਹ ਸਰਕਲਾਂ ਨਾਲ ਜੁੜੇ, ਜਿਵੇਂ ਆਰਟਿਸਟ ਨੇ ਅਸੀਂ ਬੜੇ ਪਾਵਰਫੁੱਲ ਸਰਕਲ ਵੀ ਸਾਡੇ ਨਾਲ ਜੁੜੇ ਹੁੰਦੇ ਅਗਾਂਹ ਦੀ ਗਾਂ ਬੰਦੇ ਕਈ ਵਾਰੀ ਪਾਰਟੀਆਂ ਦੇ ਯੇ ਵੋ, ਤਾਂ ਪਤਾ ਲੱਗ ਜਾਂਦਾ। ਸਭ ਨੂੰ ਪਤਾ ਸੀਗਾ ਕਿ ਉਦੋਂ ਤਾਂ ਕੋਈ ਰੌਲਾ ਰੱਪਾ ਹੀ ਨਹੀਂ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਅਤੇ ਬਾਅਦ 'ਚ ਮੁੰਡੇ ਚੱਕੇ ਜਾਣਗੇ, ਪਰਚੇ ਪਾਏ ਜਾਣਗੇ, ਜਿਹਦੀ ਮੈਂ ਇੱਕ ਬੜਾ ਚਿਰ ਪਹਿਲਾਂ ਇੰਟਰਵਿਊ 'ਚ ਵੀ ਗੱਲ ਕਰ ਚੁੱਕਿਆ ਸੀ ਉਸ ਮਾਹੌਲ ਵਿਗੜਨ ਤੋਂ ਪਹਿਲਾਂ, ਠੀਕ ਹੈ। ਅਤੇ ਲੋਕਾਂ ਨੇ ਕਮੈਂਟਾਂ 'ਚ ਬੜਿਆਂ ਨੇ ਦੱਸਤਾ ਸੀ ਕਿ ਇਹ ਗੱਲ ਸ਼੍ਰੀ ਫਲਾਨੇ ਬੰਦੇ ਦੀ ਕਰ ਰਿਹਾ, ਠੀਕ ਹੈ। ਬੜੇ ਲੋਕਾਂ ਨੂੰ ਪਤਾ ਹੁੰਦਾ ਵੀਰੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਥੋਂ ਚੱਲ ਰਹੀਆਂ ਹੈਗੀਆਂ। ਅੱਛਾ ਜੀ, ਉਦੋਂ ਬਾਅਦ 'ਚ ਉਹੀ ਕੀਤਾ ਉਹਨਾਂ ਨੇ, ਇੱਕ ਵਜ੍ਹਾ ਦਿੱਤੀ ਪੰਜਾਬ ਨੂੰ ਬਦਨਾਮ ਕੀਤਾ ਨੈਸ਼ਨਲ ਚੈਨਲਾਂ 'ਤੇ, ਲਿਆ ਕੇ ਆਹ ਹੋ ਗਿਆ ਜੀ, ਉਹ ਹੋ ਗਿਆ, ਅਤੇ ਸਾਡੇ ਮੁੰਡਿਆਂ ਨੂੰ ਚੱਕ ਚੱਕ ਕੇ ਅੰਦਰ ਜੇਲ੍ਹਾਂ 'ਚ ਸੁੱਟਤਾ, ਸਾਡੇ 'ਤੇ ਵਾਰ ਕੀਤਾ, ਸਾਡੀ ਜਵਾਨੀ ਜਿਹੜੀ ਸੀਗੀ ਉਹ ਬੇਕਸੂਰਾਂ ਨੂੰ ਅੰਦਰ ਤਾੜਤਾ। ਅਗਲੀ ਗੱਲ 'ਤੇ ਆਉਣਾ ਵੀਰੇ, ਹੁਣ ਕੀ ਮੁੱਦਾ ਚੱਲ ਰਿਹਾ ਹੈਗਾ। ਸਾਡੇ ਪੰਜਾਬ ਨੇ ਆਪਣਾ ਇੱਕ ਕਿਸਾਨੀ ਅੰਦੋਲਨ ਜਾਂ ਅਸੀਂ ਜਿੰਨੇ ਵੀ ਪੰਜਾਬ 'ਤੇ ਕੋਈ ਪੀੜ ਪੈਂਦੀ ਹੈਗੀ ਹੈ ਅਤੇ ਅਸੀਂ ਜਿਵੇਂ ਖੜ੍ਹਦੇ ਹਾਂ, ਅਸੀਂ ਇੱਕ ਮਿਸਾਲ ਪੇਸ਼ ਕੀਤੀ ਹੈਗੀ ਹੈ ਕਿ ਸਾਡੇ 'ਚ ਇੱਕ ਹੈ, ਸਾਡੇ 'ਚ ਇੱਕ ਜ਼ੁਰਤ ਹੈਗੀ ਹੈ, ਜੇ ਕੋਈ ਸਾਡੇ ਖਿਲਾਫ ਆਉਂਦਾ ਅਸੀਂ ਇਕੱਠੇ ਹੋ ਕੇ
ਲੜਦੇ ਆ ਉਸ ਨਾਲ, ਆਪਦੇ ਹੱਕ ਸੱਚ ਦੀ ਗੱਲ ਕਰਦੇ ਹੈਗੇ ਆ, ਠੀਕ ਹੈ, ਅਸੀਂ ਦੱਬਣ ਵਾਲਿਆਂ ਚੋਂ ਨਹੀਂ ਗੇ, ਜਿਹਦੇ ਕਰਕੇ ਸਾਡੀ ਉਹੀ ਚੀਜ਼ ਟਾਰਗੇਟ ਹੋ ਰਹੀ ਹੈ ਇੱਕ ਆ। ਸਭ ਨੂੰ ਪਤਾ ਹੈਗਾ ਕਿ ਪੰਜਾਬ ਨੂੰ ਬਾਹਰੀ ਬੰਦੇ ਆ ਕੇ ਬੋਲ ਕੇ ਕੁਛ ਨਾ ਕੁਛ ਬਕਵਾਸ ਕਰਕੇ ਸਾਨੂੰ ਨਹੀਂ ਕੁਛ ਕਰ ਸਕਦੇ। ਤਾਂ ਸਾਡੀ ਕੌਮ ਦੀ ਹਿਸਟਰੀ ਵੀ ਜੇ ਚੱਕੀਏ ਅਸੀਂ ਤਾਂ ਅਸੀਂ ਹਮੇਸ਼ਾ ਗੱਦਾਰਾਂ ਤੋਂ ਮਰੇ ਹਾਂ, ਅਸੀਂ ਉਹਨਾਂ ਲੋਕਾਂ ਤੋਂ ਮਰੇ ਹਾਂ ਜਿਹੜੇ ਸਾਡੇ ਨਾਲ ਦੇ ਹੀ ਸਾਡੇ ਖਿਲਾਫ਼ ਤੁਰ ਪੈਂਦੇ ਹੈਗੇ, ਜਿਹੜੇ ਸਾਡੇ ਨਾਲ ਦੇ ਹੀ ਵਿਕ ਜਾਂਦੇ ਹੈਗੇ। ਤਾਂ ਸੇਮ ਤੋੜ ਉਸ ਚੀਜ਼ ਦਾ ਲੋਕਾਂ ਨੇ ਲੱਭਿਆ ਹੈਗਾ ਬੜੀਆਂ ਚੀਜ਼ਾਂ। ਮੈਂ ਹੈ ਨਾ, ਜ਼ਰੂਰੀ ਨਹੀਂ ਹੁੰਦਾ ਕਿ ਮੈਂ ਸਿੱਧਾ ਟਾਰਗੇਟ ਲੈ ਲੈ ਕੇ ਨਾ ਬੋਲਾਂ ਕਿਸੇ ਦੇ, ਆਪਦੀਆਂ ਅੱਖਾਂ ਕੰਨ ਹੈ ਨਾ, ਮਤਲਬ ਦਿਮਾਗ ਖੁੱਲ੍ਹਾ ਰੱਖੋ, ਹੈ ਨਾ, ਸਮਝੋ ਕਿ ਗੱਲ ਕਿੱਥੇ ਆ। ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਮਸਲਾ ਭੜਕਾ ਆਈਏ ਜਾਂ ਐਵੇਂ ਰੌਲਾ ਪਾਈਏ, ਗੱਲ ਸਮਝਣ ਵਾਲੀ ਹੈ। ਹੁਣ ਗੱਲ ਕੀ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਦੀ ਕਮਜ਼ੋਰੀ ਕੀ ਹੈ। ਅੱਜ ਤੋਂ 6-7 ਮਹੀਨਿਆਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਕਿ ਬੜੇ ਜਿਹੜੇ ਬੰਦਿਆਂ ਨਾਲ ਲੋਕ ਜੁੜੇ ਹੈਗੇ ਉਹਨਾਂ ਨੂੰ ਆਪਦੇ ਅੰਡਰ ਲਿਆ ਜਾ ਰਿਹਾ, ਚਾਹੇ ਸਾਡੀ ਫਿਲਮ ਇੰਡਸਟਰੀ ਵੀ ਹੈਗੀ ਹੈ। ਬੜੇ ਲੋਕਾਂ ਤੋਂ ਮੈਂ ਜੋ ਮੈਨੂੰ ਪਤਾ ਹੈਗਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਬੜੇ ਲੋਕ ਉਹ ਐਗਰੀਮੈਂਟ ਤੱਕ ਸਾਈਨ ਕਰ ਚੁੱਕੇ ਹੈਗੇ ਆ ਕਿ ਜਿਹੜਿਆਂ ਦਾ ਇੱਕ ਮੋਟਾ ਪੈਸਾ ਮਿਲੂਗਾ ਤੇ ਉਹ ਜਿਵੇਂ ਉਹ ਚਾਹੁਣਗੇ, ਜਿਵੇਂ ਪੋਸਟ ਪਾਉਣੀ ਚਾਹੁਣਗੇ, ਜਿਵੇਂ ਉਹ ਜਿਵੇਂ ਦਿਮਾਗ ਘੁਮਾਉਣੇ ਚਾਹੁਣਗੇ ਲੋਕਾਂ ਦੇ, ਉਹ ਘੁਮਾਉਣਗੇ। ਕਿਸ ਚੀਜ਼ ਲਈ? ਮਾਹੌਲ ਖਰਾਬ ਕਰਨ ਲਈ। ਕਿਸ ਚੀਜ਼ ਲਈ? ਪੰਜਾਬ ਚ ਇਹ ਦਿਖਾਉਣ ਲਈ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦੇਣਗੇ ਲੋਕ, ਫਲਾਨਾ ਜੀ ਉਹ ਕਰਤਾ, ਉਹਨੇ ਉਹ ਕਰਤਾ, ਇੱਕ ਦੂਜੇ ਦੀ ਬਦਨਾਮੀ ਸ਼ੁਰੂ ਕਰ ਦੇਣਗੇ, ਪੰਜਾਬ ਦੇ ਖਿਲਾਫ਼ ਬੋਲਣ ਲੱਗ ਜਾਣਗੇ, ਤੇ ਅਸੀਂ ਜਿਹੜੀ ਚੀਜ਼ ਨਾਲ ਅੰਦਰੋਂ ਟੁੱਟਾਂਗੇ। ਅਸੀਂ ਯਾਰ ਸਾਡੇ ਜਵਾਕ ਹੀ ਆ ਬੋਲਣ ਲੱਗ ਗਏ, ਠੀਕ ਹੈ, ਸਾਡੇ ਜਵਾਕ ਹੀ ਐਂ ਕਰਨ ਲੱਗ ਗਏ ਜਿਹਦੇ ਨਾਲ ਸਾਡਾ ਏਕਾ ਟੁੱਟੂਗਾ, ਆਪਸਰੀ ਚ ਲੜਾਈਆਂ ਝਗੜੇ। ਤੁਸੀਂ ਇੱਕ ਚੀਜ਼ ਤੇ ਗੌਰ ਕਰਿਓ, ਤਕੜਾ ਬੰਦਾ ਹੁੰਦਾ ਨਾ ਜਿਵੇਂ ਕੋਈ ਮਾੜੇ ਬੰਦੇ ਨੂੰ ਤੇ ਵਾਰ ਕਰਨਾ ਚਾਹੁੰਦਾ ਹੈਗਾ, ਬਟ ਉਹਦੇ ਕੋਲ ਕੋਈ ਵਜ੍ਹਾ ਨਹੀਂ ਹੁੰਦੀ, ਤਾਂ ਫਿਰ ਉਹ ਵਾਰ ਤਾਂ ਵੈਸੇ ਵੀ ਕਰਨਾ ਚਾਹ ਰਿਹਾ ਹੁੰਦਾ, ਕਰਦਾ ਹੀ ਹੈ, ਪਰ ਉਸ ਪਹਿਲਾਂ ਉਹਦੀ ਬਦਨਾਮੀ ਕਰਦਾ, ਪਹਿਲਾਂ ਉਸ ਦੀ ਕੋਈ ਕਮੀ ਬਣਾ ਆਉਂਦਾ ਕਿ ਜੀ ਇਹਨੇ ਮੇਰਾ ਆਹ ਕਰਤਾ, ਮੇਰੇ ਬਣੀ ਘੂਰ ਕੇ ਦੇਖਿਆ, ਜਿਵੇਂ ਪਿੰਡਾਂ 'ਚ ਆਪਾਂ ਕਹਿੰਦੇ ਯਾਰ ਇਹਨੇ ਮੈਨੂੰ ਘੂਰ ਕੇ ਦੇਖਿਆ, ਤੇ ਉਹਨੂੰ ਹੈ ਨਾ ਕੁੱਟਮਾਰ ਸ਼ੁਰੂ ਕਰ ਦਿਓ। ਉਹੀ ਚੀਜ਼ ਵੀਰੇ ਪੰਜਾਬ ਨਾਲ ਹੋ ਰਹੀ ਹੈ। ਪੰਜਾਬ ਕੋਲ ਕੋਈ ਪੰਜਾਬ ਰੀਜ਼ਨ ਹੀ ਨਹੀਂ ਦੇ ਰਿਹਾ ਕਿਸੇ ਨੂੰ, ਸਾਡੇ ਪੰਜਾਬ ਦਾ ਮਾਹੌਲ ਜਮਾਂ ਸਹੀ ਹੈ, ਕੋਈ ਹਿੰਦੂ ਸਿੱਖ ਦਾ ਕੋਈ ਭੇਦਭਾਵ ਨਹੀਂ ਗਾ। ਮੈਂ ਮੇਰੇ ਬੜੇ ਲੋਕ ਮੇਰੇ ਜਾਣਕਾਰ ਦਾ ਜਾਣਦੇ ਹੋਣਗੇ ਕਿ ਮੈਂ 8-9 ਸਾਲਾਂ ਤੋਂ ਮੇਰੇ ਫੋਨ ਦੇ ਸਕਰੀਨ ਸੇਵਰ ਤੇ ਵੀ ਫੋਟੋ ਹਨੂੰਮਾਨ ਜੀ ਦੀ ਰਹਿੰਦੀ ਹੈਗੀ ਹੈ। ਅਸੀਂ ਕਿੰਨਾ ਸਾਰੇ ਧਰਮਾਂ ਨੂੰ ਕਿੰਨਾ ਪਿਆਰ ਕਰਦੇ ਹਾਂ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਡੇ ਗੁਰੂਆਂ ਨੇ ਸਿਖਾਇਆ, ਸਾਰਿਆਂ ਨੂੰ ਪਿਆਰ ਦਿਓ, ਰਿਸਪੈਕਟ ਦਿਓ। ਜਿੰਨੀ ਮੈਨੂੰ ਜ਼ਮੀਨ ਆਉਂਦੀ ਸੀਗੀ, ਬੜੇ ਲੋਕਾਂ ਨੂੰ ਪਤਾ ਹੋਊਗਾ, ਮੈਂ ਉਹ ਸਾਰੀ ਜ਼ਮੀਨ ਤੇ ਅੱਜ ਗਊਸ਼ਾਲਾ ਲਈ ਕਰ ਰੱਖਿਆ ਹੈਗਾ। ਪਰ ਉਹ ਇਹ ਨਹੀਂ ਗਾ ਕਿ ਮੈਂ ਮਤਲਬ ਵੀ ਉਹ ਤਾਂ ਵੱਧ ਚੜ੍ਹ ਕੇ ਦੱਸਾਂ ਕਰਤਾ ਉਹ ਕਰਤਾ, ਉਹ ਜਸਟ ਇਹ ਆ ਕਿ ਵੀਰੇ ਅਸੀਂ ਰਿਸਪੈਕਟ ਕਰਦੇ ਹਾਂ, ਅਸੀਂ ਉਹਨਾਂ ਹੀ ਪਿਆਰ ਕਰਦੇ ਹਾਂ, ਹਿੰਦੂ, ਸਿੱਖ, ਮੁਸਲਿਮ, ਈਸਾਈ, ਸਾਰਿਆਂ ਨੂੰ ਅਸੀਂ ਉਹਨਾਂ ਹੀ ਰਿਸਪੈਕਟ ਤੇ ਪਿਆਰ ਦਿੰਦੇ ਹਾਂ ਜੋ ਅਸੀਂ ਸਾਡੇ ਗੁਰੂਆਂ ਤੋਂ ਸਿੱਖਿਆ ਹੈਗਾ। ਪਰ ਗੱਲ ਇਹ ਹੈਗੀ ਆ ਕਿ ਜੋ ਬਾਹਰ ਮਾਹੌਲ ਟੀਵੀ ਚੈਨਲ ਵੱਡੇ ਦਿਖਾ ਰਹੇ ਆ, ਵੱਡੇ ਵੱਡੇ ਮੀਡੀਆ ਦੇ ਯਾਰ ਸਿਸਟਮ ਵਿਕ ਚੁੱਕਿਆ ਹੈਗਾ ਵੀਰੇ, ਗੱਲ ਨੂੰ ਧਿਆਨ ਚ ਨੋਟਿਸ ਰੱਖੋ, ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵੱਖਰੇ ਵੱਖਰੇ ਤਰੀਕਿਆਂ ਨਾਲ ਟ੍ਰਿਕਾਂ ਖੇਡਣਗੇ। ਉੱਥੇ ਕੀ ਹੁੰਦਾ ਹੈਗਾ ਜੀ, ਪੰਜਾਬ ਦੇ ਬਾਰੇ ਜਾਣ ਜਾਣ ਕੇ ਅਫਵਾਹਾਂ ਉਡਾਈਆਂ ਜਾ ਰਹੀਆਂ ਹੈਗੀਆਂ, ਪੰਜਾਬ ਚ ਅੱਤਵਾਦ ਆ ਗਿਆ ਫਲਾਨਾ। ਕੋਈ ਬੰਦਾ ਏਅਰਪੋਰਟ ਤੇ ਜਾ ਕੇ ਪਲੈਨਿੰਗ ਦੇ ਨਾਲ ਉੱਥੇ ਜਾ ਕੇ ਲੜਦਾ, ਕਿਸੇ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦਾ, ਅਗਲਾ ਜਦੋਂ ਹਾਂ ਸਾਡੀ ਨੇਚਰ ਚ ਕੋਈ ਸਾਨੂੰ ਛੇੜੂਗਾ ਕੇ ਬੋਲਾਂਗੇ, ਜਦੋਂ ਸਾਹਮਣੇ ਬੋਲਿਆ ਜਾਂਦਾ, ਜਦੋਂ ਬੋਲਿਆ ਜਾਂਦਾ, ਤੇ ਇਹ ਨਹੀਂ ਕਿ ਸਾਡਾ ਆਪਸਰੀ ਚ ਆਹ ਗੱਲ ਹੋਈ ਹੈ, ਮੁੱਦਾ ਚੈਨਲਾਂ ਤੱਕ ਤੇ ਕੀ ਚੱਕ ਦਿੰਦੇ ਆ। ਪੰਜਾਬ ਚ ਮਾਹੌਲ ਐਡਾ ਵਿਗੜ ਗਿਆ ਜੀ, ਅੱਤਵਾਦ ਆ ਗਿਆ, ਖਾਲਿਸਤਾਨੀ ਯੇ ਵੋ ਜੋ ਜੋ ਵੀ,
ਕਿਉਂਕਿ ਸਾਰੇ ਮੁਲਕ ਨੂੰ ਦਿਖਾਉਣਾ ਕਿ ਦੇਖੋ ਜੀ ਮਾਹੌਲ ਖਰਾਬ ਹੋਇਆ ਪਿਆ, ਬਟ ਅੰਦਰ ਕੁਛ ਨੀ ਗਾ ਖਰਾਬ, ਏਦਾਂ ਦਾ ਸਾਰਾ ਸਹੀ ਹੈਗਾ, ਜਾਣ ਜਾਣ ਕੇ ਦਿਖਾਇਆ ਜਾ ਰਿਹਾ। ਰਿਕੁਐਸਟ ਕਰਦਾ ਹਿਮਾਚਲ, ਜੇ ਕੁਛ ਦਿਨ ਰੁਕ ਸਕਦੇ ਹਾਂ ਹਨਾ ਤਾਂ ਨਾ ਜਾਈਏ, ਕਿਉਂਕਿ ਹਿਮਾਚਲੀ ਵੀ ਸਾਡੇ ਭਰਾ ਹੈ, ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਗੇ, ਯਕੀਨ ਮੰਨਿਓ। ਛੱਡੇ ਵੀ ਇਹਨਾਂ ਦੇ ਪਹਾੜੇ ਦੇ ਟੱਟੂ ਤੁਹਾਨੂੰ ਕੁਛ ਨਾ ਕੁਛ ਗਾਲੀ ਗਲੋਚ ਕਰਨਗੇ, ਕੁੱਟਮਾਰ ਕਰਨਗੇ, ਤੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਊਗੀ। ਰਿਕੁਐਸਟ ਕਰਦਾ ਹੈਗਾ ਕੋਈ ਹਿੰਦੂ ਸਿੱਖ ਮੁਸਲਿਮ ਈਸਾਈ ਦੇ ਨਾਮ ਤੇ ਲੜਾਈ ਪਾਵੇ, ਨਾ ਲੜੋ। ਪਿਛਲੇ ਦਿਨ ਹੁਣ ਦੋ ਚਾਰ ਦਿਨਾਂ ਬਾਅਦ ਹੀ ਹਨਾ ਉਹਨਾਂ ਨੇ ਕੁਛ ਨਾ ਕੁਛ ਇੱਕ ਕੁੜੀ ਨੇ ਜਾ ਕੇ ਆਪਣੇ ਅੰਮ੍ਰਿਤਸਰ ਸਾਹਿਬ ਕੀਤਾ, ਜਿਹੜਾ ਜੋ ਵੀ ਕੀਤਾ ਹਨਾ ਥੋੜਾ ਗਲਤ ਸੀ। ਸਾਨੂੰ ਉਸ ਚੀਜ਼ ਤੇ ਇਹ ਵੀ ਹੈ ਕਿ ਅਸੀਂ ਗੁੱਸਾ ਵੀ ਖਾ ਸਕਦੇ ਹਾਂ ਹਨਾ, ਨਹੀਂ ਅਲਾਓ ਕਰਦੇ ਸਾਡੇ ਜਿਹੜੇ ਬਜ਼ੁਰਗ ਹੈਗੇ ਜਾਂ ਸਾਡੇ ਧਰਮ ਦੇ ਵਿੱਚ ਇਹਦੀਆਂ ਚੀਜ਼ਾਂ, ਪਰ ਸ਼ਾਂਤੀ ਨਾ ਕੁਛ ਵੀ ਵੀਰੇ, ਛੋਟੀ ਛੋਟੀ ਚੀਜ਼ ਤੇ ਮਸਲਾ ਭੜਕਾਉਣ ਲਈ ਲੋਕ ਫਿਰਦੇ ਆ, ਕੋਈ ਲੜਾਈ ਚ ਨਾ ਪਾਓ, ਕੋਈ ਕੁਛ ਜੋ ਕਹਿ ਰਹੇ ਆ ਬਸ ਹਾਂਜੀ ਹਾਂਜੀ ਤੇ ਆ ਜਾਓ, ਕਿਉਂਕਿ ਆਪਾਂ ਬੜੀ ਵਾਰੀ ਪੰਜਾਬ ਦਾ ਨੁਕਸਾਨ ਖਾ ਚੁੱਕੇ ਹਾਂ। ਸਾਨੂੰ ਬਸ ਛੋਟੀ ਜਿਹੀ ਵਜ੍ਹਾ ਉਹ ਆਪੇ ਬਣਾਉਂਦੇ ਆ ਤੇ ਸਾਡੇ ਮੁੰਡੇ ਚੱਕ ਚੱਕ ਕੇ ਹਨਾ ਰੋਲ ਦਿੰਦੇ ਆ ਸਾਡੇ ਘਰ ਪੱਟ ਪੱਟ ਤੇ ਇਹਨਾਂ ਚੀਜ਼ਾਂ ਨੇ। ਤਾਂ ਰਿਕੁਐਸਟ ਕਰਦਾ ਹੈਗਾ ਸਾਡੇ ਵਰਗੇ ਕਲਾਕਾਰ ਵੀ ਕੋਈ ਬਕਵਾਸ ਕਰਨ ਆ ਕੇ, ਕੋਈ ਬੰਦੇ ਹਰ ਬੰਦੇ ਦੀ ਇੱਕ ਕੀਮਤ ਹੈ ਵੀਰੇ, ਵਿਕ ਜਾਂਦਾ ਹੈਗਾ, ਕੋਈ ਵੀ ਬੰਦਾ ਵਿਕ ਜਾਂਦਾ, ਕੋਈ ਵੀ ਮੀਡੀਆ ਚੈਨਲ ਤੁਹਾਨੂੰ ਕੁਛ ਵੀ ਆ ਕੇ ਭੜਕਾਉਂਦਾ ਹੈਗਾ, ਗੱਲਾਂ ਕਰਦਾ, ਰੋਲੇ ਰੱਪੇ ਚ ਪਾਉਂਦਾ, ਆਪਦਾ ਦਿਮਾਗ ਓਪਨ ਰੱਖਿਓ ਵੀਰੇ, ਕਿਸੇ ਦੇ ਪਿੱਛੇ ਲੱਗ ਕੇ ਕੁਛ ਨੀ ਲੜਨਾ, ਸ਼ਾਂਤੀ ਬਣਾਈ ਰੱਖੋ ਯਾਰ, ਜਿੰਨਾ ਹੋ ਸਕਦਾ ਸ਼ਾਂਤੀ ਬਣਾਈ ਰੱਖੋ, ਲੋਕ ਭੜਕਾਉਣ ਕੁਛ ਵੀ ਕਰਨ। ਆਉਣ ਵਾਲੇ ਸਾਲ 6 ਮਹੀਨਿਆਂ ਦੇ ਵਿੱਚ ਜਿਵੇਂ ਜਿਵੇਂ ਕਰਕੇ ਆਪਣਾ ਨੁਕਸਾਨ ਕਰਦੇ ਕਰਨ ਦੀ ਸੋਚਦੇ ਆ ਲੋਕ, ਜਾਂ ਇਹ ਗੱਲਾਂ ਭੜਕਾ ਰਹੇ ਆ ਗਲਤ, ਹਿੰਦੂ ਮੁਸਲਿਮ ਸਿੱਖ ਦੀ ਲੜਾਈ ਜਿਹੜੀ ਪਾ ਰਹੇ ਆ, ਤਾਂ ਪਲੀਜ਼ ਇਸ 'ਚ ਜਮ੍ਹਾਂ ਨਹੀਂ ਪੈਣਾ। ਜਿਵੇਂ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਹਾਂ, ਇੱਕ ਦੂਜੇ ਨਾਲ ਪਿਆਰ ਬਣਾ ਕੇ ਚੱਲਦੇ ਹਾਂ, ਉਵੇਂ ਹੀ ਸ਼ਾਂਤੀ ਬਣਾ ਕੇ ਰੱਖੀਏ ਆਪਾਂ ਮੁਲਕ 'ਚ, ਕਿਸੇ ਵੀ ਲੜਾਈ ਝਗੜੇ 'ਚ ਨਾ ਪਈਏ, ਨਾ ਕਿਸੇ ਦੀ ਵੀ ਗੱਲ ਕਹੇ ਤੇ ਆਪਾਂ ਆਪਦਾ ਦਿਮਾਗ ਉਹਦੇ ਪਿੱਛੇ ਲਾ ਲਈਏ, ਯਾਰ ਆਹ ਹੋ ਗਿਆ ਵਾਹ ਹੋ ਗਿਆ ਹਨਾ। ਜੋ ਬੋਲਦਾ ਹਾਂਜੀ ਹਾਂਜੀ, ਕੋਈ ਚੰਗਾ ਬੋਲਦਾ ਠੀਕ ਹੈ ਹਨਾ ਵੀਰੇ, ਚੁੱਪ, ਕਈ ਥਾਵਾਂ ਤੇ ਚੁੱਪ ਭਲੀ ਹੁੰਦੀ ਹੈ ਹਨਾ, ਟਾਈਮ ਟਪਾਈਏ ਵੀਰੇ, ਲਵ ਯੂ ਬਾਬਾ ਮਿਹਰ ਕਰੇ, ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡਾ ਦਿੱਤਾ ਖਾਨੇ ਆ, ਜਿੱਥੇ ਬੈਠਾ ਤੁਹਾਡੀ ਕਿਰਪਾ ਸਾਰੇ ਬੈਠਾ ਹੈਗਾ ਯਾਰ ਹਨਾ, ਤੇ ਦੇਣਦਾਰ ਹੈ ਮੈਂ ਤੁਹਾਡਾ, ਸਾਰੀ ਉਮਰ ਦੇਣਦਾਰ ਹੈ, ਜੋ ਹੈ ਜਿਵੇਂ ਤੁਹਾਡੇ ਕਰਕੇ ਤੇ ਚੱਲਦਾ ਰਹੂਗਾ ਸਭ ਕੁਝ, ਜ਼ਿੰਦਗੀ ਜਿੰਦਾਬਾਦ ਹੈ। ਪਰ ਜਿੰਨਾ ਹੋ ਸਕੂਗਾ ਪੰਜਾਬ ਦੇ ਹੱਕ ਦੀ ਗੱਲ ਕਰਾਂਗੇ, ਅਸੀਂ ਇਸ ਮਿੱਟੀ 'ਚੋਂ ਜੰਮੇ ਹੈ ਠੀਕ ਹੈ, ਅਸੀਂ ਸਾਨੂੰ ਦੋ ਵਕਤ ਦੀ ਰੋਟੀ ਤੁਸੀਂ ਦਿੱਤੀ ਹੈਗੀ ਹੈ ਸਾਰੇ ਪੰਜਾਬੀਆਂ ਨੇ, ਤਾਂ ਹਮੇਸ਼ਾ ਤੁਹਾਡੇ ਹੱਕ ਦੀ ਗੱਲ ਕਰਾਂਗੇ। ਲਵ ਯੂ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।